ਤੁਸੀਂ ਦੇਖਿਆ ਫਿਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਨਿਸ਼ਾਨ ਹੈਗਾ ਵਾ ਉਹ ਸਾਈਜ਼ ਬੱਚਾ ਭਾਵੇਂ ਲਾ ਲੇ ਭਾਵੇਂ ਸਾਈਜ਼ ਉਹੀ ਹੋਣਾ ਵੀ ਤੁਸੀਂ ਹੁਣ ਆਪਣੇ ਘਰ ਜਾਓ ਤੁਹਾਡਾ ਅੰਤਮ ਸਮਾਂ ਆ ਚੁੱਕਿਆ ਵਾ ਤੇ ਉਹ ਕਹਿੰਦੇ ਸੀ ਕਿ ਗੁਰੂ ਜੀ ਮੈਨੂੰ ਆਪਣੇ ਚਰਨਾਂ ਤੋਂ ਤੁਸੀਂ ਦੂਰ ਨਾ ਕਰੋ ਉਹ ਅੰਤਮ ਸਮਾਂ ਜਦੋਂ ਆ ਗਿਆ ਥੋੜਾ ਝਗੜਾ ਹੋ ਗਿਆ ਕਿ ਅਸੀਂ ਤੇ ਦਫਨਾਉਣਾ ਤੇ ਇਹ ਕਹਿਣਾ ਅਸੀਂ ਸੰਸਕਾਰ ਕਰਨਾ ਜਦੋਂ ਚਾਦਰ ਚੁੱਕੀ ਤੇ ਥੱਲੇ ਬਾਬਾ ਜੀ ਹੈ ਹੀ ਨਹੀਂ ਸੀ ਬੋਡੀ ਨਹੀਂ ਅੰਦਰ ਆਇਆ ਉੱਥੇ ਦੋ ਆਦਮੀ ਸੀਗੇ ਹਾਂ ਵੈਲਕਮ ਜੀ ਧੰਨਵਾਦ डायरेक्टर ने अख्तर वजीर साहब बिजनेसमैन पहले तो ना असीं चाहवांगे कि तुसीं इहनां दे बारे च कोई सानूं ओह चीज़ां दस्सो जिहदा सानूं नहीं पता असीं ते इत्थे पढ़ रहे तुहाडे कोल जिहड़ी दिलां दे विच ने ओह गल्लां दस्सो पाकिस्तान मतलब गुरद्वारा साहब की जगह जिहड़ी है इत्थे लास्ट टाइम ते होया ए कि जिस तरह मुस्लिम वीर भी उन्हां नूं अपना पीर मानदे सीगे ते जिहड़े सिख जां हिंदू ए भी अपना मानदे सीगे ਤੇ ਉਹ ਅੰਤਮ ਸਮਾਂ ਜਦੋਂ ਆ ਗਿਆ ਤੇ ਗੁਰੂ ਸਾਹਿਬ ਦੇ ਮਤਲਬ ਚਾਦਰ ਉੱਤੇ ਪਾਈ ਥੋੜਾ ਝਗੜਾ ਹੋ ਗਿਆ ਕਿ ਅਸੀਂ ਤੇ ਦਫਨਾਉਣਾ ਤੇ ਇਹ ਕਹਿਣਾ ਅਸੀਂ ਸੰਸਕਾਰ ਕਰਨਾ ਹੁਣ ਉਹ ਕੀ ਹੋਇਆ ਵੀ ਕਹਿੰਦੇ ਕਿ ਇਹ ਫੈਸਲਾ ਕੀਤਾ ਗਿਆ ਵੀ ਚਲੋ ਜੋ ਬਾਬਾ ਜੀ ਨੂੰ ਮਨਜ਼ੂਰ ਉਸਦਾ ਕਰੋ ਨਾ ਦੋਨਾਂ ਦੇ ਮਿਊਚੁਅਲ ਅੰਡਰਸਟੈਂਡਿੰਗ ਜਦੋਂ ਚਾਦਰ ਚੁੱਕੀ ਤੇ ਥੱਲੇ ਬਾਬਾ ਜੀ ਹੈ ਹੀ ਨਹੀਂ ਸੀ ਬੋਡੀ ਨਹੀਂ ਸੀ ਫਿਰ ਉਹ ਜਿਹੜੀ ਚਾਦਰ ਸੀ ਨਾ ਇਹਨਾਂ ਨੇ ਡਿਸਾਈਡ ਕੀਤਾ ਇਸਦੇ ਦੋ ਹਿੱਸੇ ਕਰ ਜਿਹੜੇ ਫਲਾਵਰ ਤੇ ਪਏ ਸੀ ਅੱਧੇ ਮਤਲਬ ਮੁਸਲਿਮ ਵੀਰਾਂ ਨੂੰ ਦੇ ਤੇ ਅੱਧੇ ਜਿਹੜੇ ਸੀ ਉਹਨਾਂ ਨੇ ਫਿਰ ਅੰਦਰ ਜਿਹੜੀ ਜਗ੍ਹਾ ਬਣੀ ਹੈ ਨਾ ਛੋਟੀ ਗੁਰਦੁਆਰਾ ਸਾਹਿਬ ਦੇ ਇੱਥੇ ਸੰਸਕਾਰ ਕੀਤਾ ਤੇ ਬਾਅਦ ਜਿਹੜੀ ਮੁਸਲਿਮ ਸਾਈਡ ਵਾਲੇ ਉਹਨਾਂ ਨੇ ਉੱਥੇ ਦਿੱਤਾ ਹੁਣ ਦੋਨੇ ਜਗ੍ਹਾ ਇੱਥੇ ਅੱਛਾ ਇੱਕ ਲਫ਼ਜ਼ ਬੋਲਿਆ ਜਾਂਦਾ ਖਾਲਸਾ ਭਾਈ ਲਹਿਣਾ ਜੀ ਵੀ ਕਹਿੰਦੇ ਸੀਗੇ ਉਹਨਾਂ ਨੂੰ ਉਹ ਮਤਲਬ ਸੈਕਿੰਡ ਗੁਰੂ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਜੀ ਦਾ ਗੁਰੂ ਅੰਗਦ ਦੇਵ ਜੀ ਦਾ ਗੁਰੂ ਅੰਗਦ ਦੇਵ ਦੇ ਇਹਨਾਂ ਦਾ ਦੌਰ ਹੈ 1539 ਤੋਂ ਲੈ ਕੇ 1552 ਤੱਕ ਇਹਨਾਂ ਦਾ ਦੌਰ ਹੈ ਅਮਾਈਓ ਦੇ ਦੌਰ ਵਿੱਚ ਪੈਦਾ ਹੋਏ ਨੇ ਤੇ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਜਾਨਸ਼ੀਨ ਸੀ ਨਾ ਇਸਲਾਮ ਸ਼ਾਹ ਉਸ ਦੇ ਦੌਰ ਵਿੱਚ ਇਹਨਾਂ ਦੀ ਵਫਾਤ ਉਸ ਤੋਂ ਬਾਅਦ ਫਿਰ ਤੁਹਾਡੇ ਗੁਰੂ ਆਏ ਨੇ ਤੀਸਰੇ ਅਮਰਦਾਸ ਇਹਨਾਂ ਦਾ ਦੌਰ ਵੀ ਇਸਲਾਮ ਸ਼ੇਰ ਸ਼ਾਹ ਸੂਰੀ ਦੇ ਦੌਰ ਵਿੱਚ ਪੈਦਾ ਹੋਏ ਨੇ ਤੇ ਅਕਬਰ ਦੇ ਦੌਰ ਵਿੱਚ ਹੋਰ ਔਰ ਚੌਥੇ ਗੁਰੂ ਤੁਹਾਡੇ ਆਏ ਨੇ ਰਾਮਦਾਸ ਠੀਕ ਹੈ ਇਹ ਅਕਬਰ ਦੇ ਦੌਰ ਵਿੱਚ ਹੀ ਪੈਦਾ ਹੋਏ ਅਕਬਰ ਦੇ ਦੌਰ ਵਿੱਚ ਹੀ ਫੋਤ ਹੋਏ ਅਸਲ ਜਿਹੜੇ ਜਿਹਨਾਂ ਆਂਕੀ ਗ੍ਰਿਫਤ ਮਜ਼ਬੂਤ ਕੀਤੀ ਹੈ ਨਾ ਉਹਨੇ ਗੁਰੂ ਕਰਕੇ ਜਿਹੜੀ ਗ੍ਰਿਸ਼ਤ ਹੈ ਨਾ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਚਲੀ ਆ ਹਾਂ ਉਹ ਤੋਂ ਚਲੀ ਹੈ ਉਹਨਾਂ ਕਹਿਣਾ ਵੀ ਜਿਹੜੇ ਕੋਈ ਇਹ ਸਾਧੂ ਆ ਤੇ ਵਿਆਹ ਨਹੀਂ ਕਰ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇੱਕ ਸਾਧੂ ਹੋਣ ਦੇ ਨਾਤੇ ਨਾ ਫਕੀਰ ਹੋਣ ਦੇ ਨਾਤੇ ਉਹ ਗ੍ਰਿਸ਼ਤੀ ਜੀਵਨ ਵੀ ਬਤੀਤ ਕਰ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਆ ਕੋਈ ਦੋ ਲੜਕੇ ਹੋਏ ਲੜਕੀਆਂ ਦੋ ਸਤਾਪ ਲੋਟੀ ਉੱਥੇ ਲੱਗੇ ਪੈਦਾ ਨਾ ਹੋ ਗਈ
ਮੇਨ ਜਿਹੜਾ ਤੁਹਾਡਾ ਪੁਆਇੰਟ ਸੀਗਾ ਵੀ ਖਾਲਸਾ, ਠੀਕ ਹੈ ਨਾ, ਆਪਾਂ ਉੱਥੇ ਆਉਂਦੇ ਹਾਂ ਵੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਤੱਕ ਤੇ ਹੋਇਆ ਕਿ ਤੁਹਾਨੂੰ ਪਤਾ ਉਹਨਾਂ ਨੂੰ ਪੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ। ਭਗਤੀ ਹੀ ਨਹੀਂ ਨਾਲ ਸ਼ਕਤੀ, ਮਤਲਬ ਮੀਰੀ ਤੇ ਪੀਰੀ ਦੋ ਉਹਨਾਂ ਨੇ ਤਲਵਾਰਾਂ ਜਿਹੜੀਆਂ ਨੇ ਪਹਿਨੀਆਂ। ਉਹਨਾਂ ਨੇ ਫਿਰ ਥੋੜਾ ਆਪਣੇ ਆਪ ਨੂੰ ਅਕਾਲ ਤਖ਼ਤ ਤੇ ਹੈ ਨਾ ਜਿਹੜਾ ਦਰਬਾਰ ਸਾਹਿਬ ਦੇ ਨਾਲ ਅਕਾਲ ਤਖ਼ਤ ਹੈ ਜਿਹੜਾ ਬਲੂ ਸਟਾਰ ਦੇ ਟਾਈਮ ਤੇ, ਹਰਗੋਬਿੰਦ ਸਾਹਿਬ ਨੇ ਫਿਰ ਤਲਵਾਰ ਚੁੱਕੀ ਨਾਲ ਫੋਰਸ ਜਿਹੜੀ ਆ ਬਣਾਈ ਨਾਲ ਨਾਲ ਨਾਲੇ ਭਗਤੀ ਨਾਲੇ ਸ਼ਕਤੀ। ਗੁਰੂ ਹਰਕ੍ਰਿਸ਼ਨ ਜੀ ਤੇ ਬਹੁਤ ਛੋਟੀ ਏਜ ਚ ਉਹਨਾਂ ਜੋਤੀ ਜੋਤ ਸਮਾ ਗਏ ਸੀਗੇ, ਔਰੰਗਜ਼ੇਬ ਆਲਮਗੀਰ ਦੇ ਦੌਰ ਆਏ ਉਹ ਦਿੱਲੀ ਚ ਚੇਚਕ ਦੀ ਬਿਮਾਰੀ ਫੈਲ ਗਈ ਸੀ, ਫੈਲੀ ਸੀ ਉਦੋਂ ਉਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਇਲਾਜ ਕੀਤਾ ਸੀ, ਟ੍ਰੀਟਮੈਂਟ ਕੀਤੀ। ਫਿਰ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਜਿਹੜੇ ਨੇ ਉਹ ਉਹਨਾਂ ਦਾ ਦਿੱਲੀ ਦੇ ਵਿੱਚ 15 ਸਾਲ ਦੀ ਉਮਰ ਆਈ ਸਾਰੀ ਤੇ 17 ਸਾਲ ਉਮਰ ਆਈ ਗੁਰੂ ਹਰਕ੍ਰਿਸ਼ਨ ਜੀ ਦੇ ਹਰੇ ਹਰ ਰਾਏ ਦੀ ਹਰ ਰਾਏ ਜੀ 17 ਸਾਲ। ਦੇਖੋ ਨਾ 1644 ਵਿੱਚ ਪੈਦਾ ਹੋਏ ਤੇ 1661 ਬਹੁਤ ਹੋ ਗਏ, ਇਹ 17 ਸਾਲ ਉਮਰ ਬਣਦੀ ਹੈ। ਇਹਨਾਂ ਦਾ ਸਭ ਤੋਂ ਮੁੱਖ ਦਾ ਦੌਰ ਹੈ ਗੁਰੂ ਦਾ, ਇਹਨਾਂ ਦਾ ਆਪਣਾ ਹੈ ਜੀ। ਅੱਗੇ ਜਿਹੜੇ ਨੇ ਗੁਰੂ ਹਰਕ੍ਰਿਸ਼ਨ ਉਹ 1661 ਸੀ ਲੈ ਕੇ 1665 ਇਹ ਵੀ 4 ਸਾਲ ਜੀ, ਸਭ ਤੋਂ ਛੋਟੀ ਉਮਰ ਦੇ ਚਾਰ ਸਾਲ ਗੁਰੂ ਹਰਕ੍ਰਿਸ਼ਨ ਦੀ ਹੋਈ ਹੈ, ਇਹ 4 ਸਾਲ ਉਹਨਾਂ ਦੀ ਛੋਟੀ ਜਿਹੀ ਏਜ 3 ਸਾਲ ਦੀ ਏਜ ਚ ਸ਼ਾਇਦ ਉਹਨਾਂ ਨੂੰ ਗੁਰੂ ਦੀ ਉਪਾਧੀ ਮਿਲ ਗਈ ਤੇ ਗੁਰੂ ਤੇਗ ਬਹਾਦਰ ਵੀ 10 ਸਾਲ ਦੀ ਨੇ, 65 ਸੀ ਲੈ ਕੇ 75 ਤੱਕ। ਨਹੀਂ ਇਹ ਉਹਨਾਂ ਦਾ ਪੀਰੀਅਡ ਜਿਹੜਾ ਗੁਰੂ ਰਹਿਣ ਦਾ ਗੁਰੂ ਰਹਿਣ ਵੈਸੇ ਗੁਰੂ ਤੇਗ ਬਹਾਦਰ ਜੀ ਜਦੋਂ ਗੁਰੂ ਹਰਕ੍ਰਿਸ਼ਨ ਜੀ ਬਹੁਤ ਛੋਟੀ ਏਜ ਸੀ ਜਦੋਂ ਉਹਨਾਂ ਨੂੰ ਵੀ ਚੇਚਕ ਹੋ ਗਈ, ਸੰਗਤਾਂ ਨੇ ਕਿਹਾ ਕਿ ਹੁਣ ਅਸੀਂ ਕਿੱਥੇ ਜਾਈਏ ਸਾਡਾ ਨੈਕਸਟ ਗੁਰੂ ਕੌਣ ਹੈ, ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਬਾਬਾ ਬਕਾਲੇ, ਬਾਬਾ ਬਕਾਲਾ ਜਗ੍ਹਾ ਹੈਗੀ ਆ ਅੰਮ੍ਰਿਤਸਰ ਦੇ ਕੋਲ, ਫਿਰ ਉਹਨਾਂ ਨੇ ਉੱਥੇ ਮਤਲਬ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਉਹ ਪ੍ਰਗਟ ਹੋਏ ਵੀ ਉਹ ਸਾਹਮਣੇ ਆਏ ਗੁਰੂ ਬਣੇ। ਆਹ ਜਿਹੜੀ ਤੁਸੀਂ ਡੇਟਸ ਲਿਖੀਆਂ ਦੇ ਨੇ ਇਹ ਉਹਨਾਂ ਦੀਆਂ ਨੇ, ਉਹਨਾਂ ਦੇ ਬੀਇੰਗ ਗੁਰੂ, ਬੀਇੰਗ ਗੁਰੂ ਜ਼ਿੰਮੇਦਾਰ ਇਹ ਤੇ ਜ਼ਿਆਦਾ ਹੈ, ਮਗਰ ਉਹਨਾਂ ਨੇ ਆਪਣੀ ਜ਼ਿੰਮੇਦਾਰੀਆਂ ਬਤੌਰੇ ਗੁਰੂ ਜਿਹੜੀਆਂ ਜ਼ਿੰਮੇਦਾਰੀਆਂ ਸੰਭਾਲੀਆਂ ਨੇ ਗੁਰੂ ਗੋਬਿੰਦ ਵੀ ਜਿਹੜੇ ਨੇ 38 ਦੀ ਲੈ ਕੇ 75 ਤੱਕ, ਹਾਂ ਪਰ ਉਹਨਾਂ ਦੇ ਟਾਈਮ ਤੇ ਹੀ ਮਤਲਬ ਖਾਲਸਾ ਜਿਹੜਾ ਹੈ ਨਾ ਉਹ ਹੁਣ ਹੈ। ਉਹਨਾਂ ਨੇ ਮਤਲਬ ਪਹਿਲਾਂ ਜਿਹੜੇ ਕੋਈ ਵੀ ਸਿੰਘ ਨਾਮ ਨਹੀਂ ਸੀ, ਅੱਛਾ ਸਿੰਘ ਨਾਮ ਜਿਹੜਾ ਇਹ ਕਦੋਂ ਆਇਆ, ਇਹ ਗੁਰੂ ਗੋਬਿੰਦ ਸਿੰਘ ਜੀ ਦੇ, ਹਾਂ ਇਹ ਦੋ ਚੀਜ਼ਾਂ ਜਿਹੜੀਆਂ ਨੇ ਨਾ ਇੱਕ ਖਾਲਸਾ ਔਰ ਇੱਕ ਸਿੰਘ, ਔਰ ਇਹ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅੱਜ ਦਾ ਜੀ ਬਾਅਦ ਬਾਬੇ ਗੁਰੂ ਦੇ ਜਿਤਨੇ ਫਾਲੋਅਰ ਉਹ ਸਿੰਘ ਦਾ ਮਤਲਬ ਹੈ ਸ਼ੇਰ। 1699 ਦੀ ਵਿਸਾਖੀ ਵਾਲੇ ਦਿਨ 13 April 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਜਿਹੜਾ ਹੁਣ ਰੂਪ ਹੈ ਨਾ ਖਾਲਸਾ, ਜਿਹੜਾ ਹੁਣ ਅਸੀਂ ਪਗੜੀ ਧਾੜੀ ਸਿੱਖ ਜਿਹੜੇ ਜਾਂ ਜਿਨ੍ਹਾਂ ਨੇ ਅੰਮ੍ਰਿਤ ਛਕਦੇ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਫਸਟ ਟਾਈਮ 13 April 1699 ਨੂੰ ਮਤਲਬ ਖਾਲਸਾ ਪੰਥ ਜਿਹੜਾ ਸੀ ਉਹਦੀ ਸਥਾਪਨਾ ਕੀਤੀ। ਖਾਲਸਾ ਤੇ ਬਾਬੇ ਗੁਰੂ ਨਾਨਕ ਦੇ ਜਿਤਨੇ ਪਵਿੱਤਰ ਅਕਵਾਲ ਨੇ, ਉਹਨਾਂ ਦੀ ਜਿਤਨੀ ਤਾਲੀਮਾਤ ਨੇ, ਉਸ ਦੇਖੋ ਨਾ ਸਾਡੇ ਤੇ ਅਸੀਂ ਆਪਣੀ ਕਿਤਾਬ ਨੂੰ ਤੇ ਕਿਤਾਬ ਦਾ ਦਰਜਾ ਦਿੰਦੇ ਹਾਂ, ਇਸ ਕਿਤਾਬ ਨੂੰ ਗੁਰੂ ਦਾ ਦਰਜਾ ਜਿਹੜਾ ਮਿਲਿਆ ਔਰ ਇਹ ਅਮਰ ਹੋ ਗਿਆ ਕਿ ਜਦ ਤੱਕ ਦੁਨੀਆਂ ਕਾਇਮ ਹੈ ਇਹਨੂੰ ਜਿਹੜਾ ਪ੍ਰੋਟੋਕੋਲ ਮਿਲੇਗਾ, ਜਿਹੜਾ ਇਤਰਾਮ ਮਿਲੇਗਾ, ਇਹ ਕਿਤਾਬ ਦਾ ਨਹੀਂ ਹੋਏਗਾ ਬਲਕਿ ਉਸ ਵਿਅਕਤੀਆਂ ਦਾ ਹੋਵੇਗਾ ਜਿਕਨ ਇੱਕ ਜ਼ਿੰਦਾ ਗੁਰੂ ਨੂੰ ਦਿੱਤਾ ਜਾਵੇ। ਇਹ ਵੀ ਗੁਰੂ ਗੋਬਿੰਦ ਸਿੰਘ ਦੇ ਰੋਲ ਕੀ ਹੋਇਆ? ਨਹੀਂ ਮੈਂ ਤੁਹਾਨੂੰ ਦੱਸਾਂ ਕਿ ਪਹਿਲਾਂ ਜਿਹੜਾ ਗੁਰੂ ਅਰਜਨ ਦੇਵ ਜੀ ਤੱਕ 5th ਗੁਰੂ ਤੱਕ ਜਿੰਨੇ ਪਹਿਲਾਂ ਗੁਰੂ ਸਾਹਿਬਾਨ ਸੀ ਤੇ ਜਿੰਨੇ ਭਗਤ ਸੀ ਜਿੱਦਾਂ ਭਗਤ ਰਵਿਦਾਸ ਜੀ, ਬਾਬਾ ਨਾਮਦੇਵ ਜੀ, ਕਬੀਰ ਜੀ, ਬਾਬਾ ਫਰੀਦ ਜੀ, ਇਹਨਾਂ ਸਾਰਿਆਂ ਦੀ ਬਾਣੀ ਨੂੰ ਕੰਪਾਈਲ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰ ਦਿੱਤੀ ਸੀ। ਬਾਬਾ ਬੁੱਢਾ ਜੀ ਨੂੰ ਉਹਨਾਂ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਸੀ ਪਰ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨਹੀਂ ਸੀ। ਫਿਰ ਲਾਸਟ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਇੱਥੇ ਤਲਵੰਡੀ ਸਾਬੋ ਗੁਰੂ ਗ੍ਰੰਥ ਸਾਹਿਬ ਦੁਬਾਰਾ ਜਿਹੜਾ ਨਾ ਫਾਈਨਲ ਟੱਚ ਉਹਨੂੰ ਦਿੱਤੀ, ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਐਡ ਕਰਕੇ ਉਹ ਬੁੱਕ ਜਿਹੜੀ ਹੈ ਨਾ ਉਹਨੂੰ ਜਾਣ ਲੱਗਿਆ ਜਦੋਂ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਅੰਤਮ ਸਮਾਂ ਸੀਗਾ ਨਾ ਉਦੋਂ ਉਹਨਾਂ ਨੇ ਸਿੱਖ ਪੰਥ ਨੂੰ ਕਿਹਾ ਕਿ ਅੱਜ ਤੋਂ ਬਾਅਦ ਗੁਰੂ ਕਥਾ ਖਤਮ, ਹੁਣ ਤੁਹਾਡਾ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਜੀ ਦੀ ਬੜੀ ਪਿਆਰੀ ਲਾਡਲੀ ਬੜੀ ਚੰਗੀ ਭੈਣ
ਬੀਬੀ ਨਾਨਕੀ ਦੇ ਬਾਰੇ ਅੰਮਾ ਜੀ ਤੁਸੀਂ ਗੱਲ ਦੱਸੋ। ਗੁਰੂ ਨਾਨਕ ਨੂੰ ਬੇਬੇ ਨਾਨਕੀ ਤੇ ਰਾਏ ਬੁਲਾਰ ਨੇ ਦੋ ਜਾਣਿਆਂ ਨੇ ਪਛਾਣਿਆ ਸੀਗਾ, ਉਹਨਾਂ ਨੇ ਪਛਾਣਿਆ ਸੀ ਬੇਬੇ ਨਾਨੀ ਨੇ ਵੀ ਇਹ ਰੱਬ ਦਾ ਰੂਪ ਨੇ। ਇਹ ਦੋ ਸਖਸ਼ੀਅਤਾਂ ਨੇ ਬਸ ਪਛਾਣ ਸਕੇ ਸੀ, ਹੋਰ ਉਹਨਾਂ ਦੇ ਫਾਦਰ ਵੀ ਨਹੀਂ ਸੀ ਜਾਣ ਸਕੇ। ਇਹ ਬੇਬੇ ਨਾਨਕੀ ਨੂੰ ਪਤਾ ਸੀ ਕਿ ਇਹ ਅਵਤਾਰ ਹੈ, ਅੰਦਰ ਇੱਕ ਰੋਸ਼ਨੀ, ਹਾਂ ਅੰਦਰ ਇੱਕ ਰੋਸ਼ਨੀ, ਉਹ ਹੀ ਜਾਣਦੇ ਸੀ ਇਹਦੇ ਬਾਰੇ। ਤੇ ਤੁਸੀਂ ਭੈਣ ਜੀ ਦੱਸੋ ਮਾਤਾ ਸੁਲੱਖਣੀ ਦੇ ਬਾਰੇ ਤੁਸੀਂ ਕੀ ਜਾਣਦੇ ਹੋ, ਉਹਨਾਂ ਦਾ ਕਿੰਝ ਵਕਤ ਗੁਜ਼ਰਿਆ ਬਾਬੇ ਨਾਲ ਦੇ ਨਾਲ? ਬਸ ਇਹ ਕਿ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਸੁਲਤਾਨਪੁਰ ਲੋਧੀ ਵਿੱਚ, ਸਾਡੇ ਮਾਤਾ ਸੁਲੱਖਣੀ ਸਾਡੇ ਬਟਾਲੇ ਦੇ ਆ, ਸਾਡੇ ਉੱਥੇ ਲਾਵਾਂ ਹੋਈਆਂ ਸੀ, ਬਾਬਾ ਨਾਨਕ ਜੀ ਦਾ ਵਿਆਹ ਉੱਥੇ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ। ਫਿਰ ਜਦੋਂ ਇਹਨਾਂ ਦੀ ਮੈਰਿਜ ਹੋਈ ਫਿਰ ਇਹ ਕੁਛ ਟਾਈਮ ਹੀ ਨਾਲ ਰਹੇ ਆ, ਫਿਰ ਇਹ ਉਦਾਸੀਆਂ ਚ ਚਲੇ ਗਏ ਸੀ ਗੁਰੂ ਨਾਨਕ ਦੇਵ ਜੀ। ਫਿਰ ਮਾਤਾ ਸੁਲੱਖਣੀ ਦਾ ਤੇ ਬਹੁਤਾ ਉਹਨਾਂ ਜ਼ਿਕਰ ਹੀ ਨਹੀਂ ਕੀਤਾ ਹੈਗਾ ਇਤਿਹਾਸ ਵਿੱਚ ਵੀ, ਚਲੇ ਗਏ ਨੇ ਉਧਰ, ਹਾਂ ਫਿਰ ਉਹ ਗੁਰੂ ਨਾਨਕ ਦੇਵ ਜੀ ਉਧਰ ਹੀ ਚਲੇ ਗਏ ਸੀ। ਤੇ ਬੇਟਾ ਪੈਦਾ ਹੋਇਆ ਸ੍ਰੀ ਚੰਦ, ਹਾਂ ਸ੍ਰੀ ਚੰਦ ਤੇ ਲਕਸ਼ਮੀ ਦਾਸ ਸੀ, ਲਕਸ਼ਮੀ ਦਾਸ ਤੇ ਸੀ, ਦੋ ਬੇਟੇ ਪੈਦਾ ਹੋਏ, ਪੈਦਾ ਹੋਏ ਤੇ ਸੁਲਤਾਨਪੁਰ ਲੋਧੀ। ਹਾਂ ਮਾਤਾ ਤ੍ਰਿਤੀ ਨੂੰ ਨੀ ਪਤਾ ਲੱਗਾ ਕਿ ਮੇਰਾ ਪੁੱਤਰ ਤੇ ਜ਼ਮਾਨੇ ਦਾ ਬੜਾ? ਨਹੀਂ ਉਹ ਵੀ ਜਾਣਦੇ ਸੀ, ਜਾਣੀ ਜਾਣੀ ਸੀ ਮਾਤਾ ਵੀ ਜਿਨ੍ਹਾਂ ਦੀ ਕੁੱਖੋਂ ਪੈਦਾ ਹੋਏ ਸੀ। ਜਦੋਂ ਪਹਿਲਾਂ ਦਰਸ਼ਨ ਜਿਹੜੀ ਮਾਤਾ ਹੈਗੀ ਸੀ ਨਾ ਦਾਈ ਦੌਲਤਾਂ, ਉਹਨੇ ਗੁਰੂ ਨਾਨਕ ਨੂੰ ਪਛਾਣਿਆ ਸੀ ਸਭ ਤੋਂ ਪਹਿਲਾਂ ਮਾਤਾ, ਉਹਨਾਂ ਨੇ ਦੌਲਤਾਂ ਨੇ ਦਰਸ਼ਨ ਕੀਤੇ ਸੀ ਗੁਰੂ ਨਾਨਕ ਦੇਵ ਜੀ ਨੇ। ਪਿਤਾ ਕਾਲੂ ਨੇ ਕਿਹਾ ਨਾ ਕਿ ਜੇ ਮੇਰੇ ਘਰ ਪੁੱਤਰ ਹੋਏਗਾ ਨਾ ਤੇ ਤੈਨੂੰ ਮੈਂ ਮਾਲਾ ਮਾਲ ਕਰ ਦਿਆਂਗੀ। ਜਦੋਂ ਫਿਰ ਉਹ ਕਹਿੰਦੇ ਵੀ ਹੁਣ ਤੂੰ ਮੰਗ ਕੀ ਮੰਗਣਾ ਵਾ, ਉਹ ਕਹਿੰਦੀ ਕਿ ਉਹ ਹੱਥ ਉਹਨੇ ਜੋੜਤੇ, ਕਹਿੰਦੀ ਮੈਨੂੰ ਦੁਨੀਆਂ ਦੀ ਦੌਲਤ ਮਿਲ ਗਈ ਹੈ, ਉਹ ਤੇ ਦਵਾਈਆਂ ਮਾਰਦੀ ਬਾਹਰ ਚਲੀ ਗਈ। ਉਹ ਕਹਿੰਦੀ ਕਿ ਜੋ ਕੁਛ ਮੈਨੂੰ, ਕਹਿੰਦੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਜਿਹੜੇ ਮੈਨੂੰ ਦਰਸ਼ਨ ਦੀਦਾਰੇ ਕਹਿੰਦੇ ਅਲਾਈ ਚੀਜ਼ ਸੀ ਜਦੋਂ ਨਾਨਕ ਦੇ ਦਰਸ਼ਨ ਹੋਏ ਸੀ ਨਾ, ਉਹ ਦੌਲਤਾਂ ਕਹਿੰਦੀ ਮੈਨੂੰ ਤਾਂ ਦੌਲਤ ਦੀ ਲੋੜ ਹੀ ਨਹੀਂ, ਮੈਂ ਤੇ ਉਹਦੇ ਦਰਸ਼ਨਾਂ ਨਾਲ ਹੀ ਰੱਜ ਗਈ। ਉਹ ਤੇ ਫਿਰ ਉਸ ਤੋਂ ਬਾਅਦ ਉਹਨੇ ਦਾਈ ਦਾ ਕੰਮ ਹੀ ਛੱਡ ਦਿੱਤਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਸੀ। ਤੇ ਤੁਸੀਂ ਸਿੱਖ ਭਾਈ ਸਾਡੇ ਨੂੰ ਕੀ ਸਮਝਦੇ ਹੋ, ਜਿਹੜੀ ਸਾਡੀ ਪਾਕਿਸਤਾਨ ਹੈ ਤੇ ਤੁਹਾਡੇ ਜਿੰਨੇ ਵੀ ਮਜ਼ਲੂਮ ਮਕਾਮਾਤ ਵਗੈਰਾ ਨੇ, ਖਾਸ ਤੌਰ ਤੇ ਸਾਰੀ ਦੀ ਫੈਟੀ, ਤੁਸੀਂ ਇਹਨਾਂ ਦੇ ਇੰਤਜ਼ਾਮਾਤ, ਤੁਹਾਡੀ ਜਿਹੜੀ ਆਓ ਭਗਤ ਹੈ ਬਹੁਤ ਵਧੀਆ ਜੀ, ਆਇਆਂ ਨੂੰ ਜਿਹੜਾ ਅਸੀਂ ਕਹਿੰਦੇ ਆ ਚੜਦੇ ਆਲੇ ਪੰਜਾਬ ਦੀ ਪੰਜਾਬੀ ਸੁਣ ਕੇ ਇਤਨਾ ਮਿੱਠੀ ਤੇ ਇਤਨੀ ਚੰਗੀ। ਮੈਂ ਤਿੰਨ ਵਾਰੀ ਆਈ ਜੇ, ਮੇਰੀ ਇਹੋ ਤਮੰਨਾ ਸੀ ਕਿ ਮੇਰੇ ਹਸਬੈਂਡ ਆਣ ਇੱਥੇ, ਇਹ ਹੁਣ ਮੈਂ ਇੱਥੇ ਤੀਸਰੀ ਵਾਰੀ ਆਈ ਆ, ਪਰ ਮੈਂ ਚਾਹੁੰਦੀ ਆ ਕਿ ਪੰਜਾ ਸਾਹਿਬ ਵੀ ਜਾਣ ਦਰਸ਼ਨ ਕਰਨ ਉਹਨਾਂ ਦੇ ਜਾ ਕੇ। ਮੈਂ ਪੰਜਾ ਸਾਹਿਬ ਗਿਆ ਨਾ, ਤੁਸੀਂ ਦੇਖਿਆ ਫਿਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਨਿਸ਼ਾਨ ਹੈਗਾ ਵਾ, ਉਹ ਸਾਈਜ਼ ਬੱਚਾ ਭਾਵੇਂ ਲਾਲੇ ਭਾਵੇਂ ਸਾਈਜ਼ ਉਹ ਹੀ ਹੋਣਾ, ਉਹ ਹੀ। ਤੇ ਹਾਲਾਂਕਿ ਬਾਬਾ ਜੀ ਨੇ ਤੇ ਇਤਨਾ ਹੀ ਕਿਹਾ ਨਾ, ਇੱਕ ਗੱਲ ਮੈਨੂੰ ਦੱਸੋ, ਮੈਂ ਅੱਗੇ ਵੀ ਗੱਲ ਕਰ ਰਿਹਾ ਭਾਈ ਮਰਦਾਨਾ ਦਾ, ਜਿਸਲੇ ਆਖਰੀ ਵਕਤ ਕਰਨਾ ਕੀ ਉਹ ਗੱਲ, ਮਰਦਾਨਾ ਜੀ ਦਾ ਜਿਹੜਾ ਲਾਸਟ ਟਾਈਮ ਹੈ ਉਹ ਬਾਬਾ ਜੀ ਦੀ ਲਾਸਟ ਅਰਦਾਸੀ ਸੀਗੀ ਉਦੋਂ, ਕਿਉਂਕਿ ਮਰਦਾਨਾ ਜਿਹੜਾ ਵੱਡੇ ਸਨ ਉਮਰ ਵਿੱਚ, ਉਹਨਾਂ ਨੇ ਮਤਲਬ ਜਦੋਂ ਲਾਸਟ ਟਾਈਮ ਆਇਆ ਹੈ ਨਾ, ਗੁਰੂ ਨਾਨਕ ਦੇਵ ਜੀ ਨੇ ਮਤਲਬ ਕਹਿ ਤਾ ਨਾ ਕਿ ਹੁਣ ਤੁਹਾਡਾ ਲਾਸਟ ਟਾਈਮ ਆ ਗਿਆ ਹੈ, ਦੱਸੋ ਆਖਰ ਤੁਹਾਡਾ ਕਰਨਾ ਕੀ ਹੈ। ਇਹਨਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਤੁਸੀਂ ਹੁਣ ਆਪਣੇ ਘਰ ਜਾਓ, ਤੁਹਾਡਾ ਅੰਤਮ ਸਮਾਂ ਆ ਚੁੱਕਿਆ ਵਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ। ਤੇ ਉਹ ਕਹਿੰਦੇ ਸੀ ਕਿ ਗੁਰੂ ਜੀ ਮੈਨੂੰ ਆਪਣੇ ਚਰਨਾਂ ਤੋਂ ਤੁਸੀਂ ਦੂਰ ਨਾ ਕਰੋ, ਵੀ ਉਹਨਾਂ ਨੇ ਕਿਹਾ ਸੀ ਵੀ ਹੁਣ ਤੂੰ ਜਾਓ ਤੁਹਾਡਾ ਅੰਤਿਮ, ਪਰ ਉਹ ਕਹਿੰਦੇ ਕਿ ਨਹੀਂ ਮੈਨੂੰ ਇੰਨੀ ਦੇਰ ਆਪਣੇ ਨਾਲ ਤੁਸੀਂ ਰੱਖ ਕੇ ਹੁਣ ਮੈਨੂੰ ਤੁਸੀਂ ਕਿਉਂ ਵਿਛੋੜਨ ਦੇ। ਉਹਨਾਂ ਨੇ ਫਿਰ ਕਿਹਾ ਸੀ ਵੀ ਨਹੀਂ ਮੈਂ ਤੁਹਾਡੇ ਚਰਨਾਂ 'ਚ ਹੀ ਮੈਂ ਰਹਿਣਾ ਚਾਹੁੰਦਾ, ਤੇ ਮੈਂ ਇੱਥੋਂ ਦੂਰ ਨਹੀਂ ਹੋਣਾ ਚਾਹੁੰਦਾ ਤੇ ਨਾ ਤੁਸੀਂ ਮੈਨੂੰ ਘੱਲਿਓ ਇੱਥੇ। ਇਹਦੇ ਮਰਦਾਨਾ ਨਹੀਂ ਨਾ ਜਿਹੜੇ ਇਹਨਾਂ ਦਾ ਭੈਣ ਭਾਈ ਕੋਈ ਬਾਈਤਾ ਨਹੀਂ ਗਾ, ਉਹਨਾਂ ਦੀ ਮੌਤ ਹੋਈ ਸੀ, ਮੈਨੂੰ ਕਿਸੇ ਬੰਦੇ ਨੇ ਪੁੱਛਿਆ ਵੀ ਲਕੀਰ ਤੇ ਵੱਜ ਗਈ ਆ ਵਾਕਿਆ ਤੇ ਕੋਈ ਸੂਰਤ ਹੈ ਕਿ ਵਿਛੜੇ ਫੇਰ ਮਿਲ ਜਾਣ, ਮੈਂ ਕਿਹਾ ਇੱਕ ਸ਼ਖਸੀਅਤ
और बाबे गुरु दी उसके फैज नाल इन्हां सारियां नूं फिर बाबे दा नहीं कटदा। और अज असीं जिंदा मिसाल तुसीं देखदे हो ना, रोज वेखो तुसीं, तुसीं देखो तुसीं उधरों आए हो असीं इधरों आए हां बिल्कुल, बाबे दा नूं सानूं फिर कटिया करदा, हां फिर कटिया करदा बिल्कुल, आपां सोच भी नहीं सकदे ये शख्सियत ते ब्याह ते बंदा नहीं दर्शाउंदे। हां जी एक्चुअली तां वेखो जी ये सारा सियासतां दी गल्ल है, बेसिकली तां ये सूचिए ते जिहड़ा आवाम है ओह ते बाबे दा दी अपनी उम्र मुबारक ते 70 इन्नी की 70 कु साल ਤੁਸੀਂ ਕੀ ਮਹਿਸੂਸ ਕੀਤਾ ਆਏ ਹੋ ਪਾਕਿਸਤਾਨੀਆਂ ਨੂੰ ਤੁਹਾਡੇ ਜਿਹੜੇ ਚਾਹ ਜਿਹੜੇ ਨੇ ਤੁਸੀਂ ਵੀ ਖੁਸ਼ ਹੋ ਨਹੀਂ ਤੇ ਮੈਂ ਤੇ ਜਿਹੜਾ ਮਹਿਸੂਸ ਕਰਦੇ ਹਾਂ ਹਾਂ ਯਕੀਨ ਕਰੋ ਮੈਂ ਅੱਗੇ ਵੀ ਆਪਣੇ ਦੋਸਤਾਂ ਨੂੰ ਇਹ ਗੱਲ ਕਰ ਰਿਹਾ ਸੀ ਸਾਡੇ ਜਿਹੜੇ ਨੇ ਨਾ ਸਾਡੇ ਕੌਮੀ ਸ਼ਾਇਰ ਨੇ ਜਿਹੜੇ ਇਲਾਮਾ ਇਕਬਾਲ ਉਹਨਾਂ ਨੇ ਇੱਕ ਬੜੀ ਪਤੇ ਦੀ ਗੱਲ ਕੀਤੀ ਬਾਬੇ ਗੁਰੂ ਨਾਨਕ ਉਹਨਾਂ ਨੇ ਆਪਣੀ ਕਿਤਾਬ ਜਿਹੜਾ ਅੱਜ ਇਹ ਤਬਰੀਕ ਪੇਸ਼ ਕੀਤਾ ਉਹ ਕਮਾਲ ਦਾ ਕਹਿੰਦੇ ਨੇ ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ ਫਿਰ ਉੱਠੀ ਆਖਰ ਸਦਾ ਸਦਾ ਕਹਤੇ ਆਵਾਜ਼ ਕੋ ਫਿਰ ਉੱਠੀ ਆਖਰ ਸਦਾ ਤੋਹੀਦ ਕੀ ਬਦਾਨੀਅਤ ਦੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜੁਗਾਇਆ ਖਾਬ ਸੇ ਕਿ ਅੱਲਾ ਨੇ ਇੱਕ ਮਰਦ ਕਾਮਲ ਪੈਦਾ ਕੀਤਾ ਜਿਹਨੇ ਪੂਰੇ ਹਿੰਦ ਨੂੰ ਖਾਬ ਕੀ ਜੁਗਾ ਲਈ। ਇਲਾਮਾ ਸਾਹਿਬ ਬਾਬੇ ਗੁਰੂ ਦੇ ਬੜੇ ਮਤਾ ਔਰ ਉਹਨਾਂ ਦੀਆਂ ਤਾਲੀਮਾਤ ਮੈਂ ਪੜ੍ਹੀਆਂ ਨੇ, ਉਹਨਾਂ ਦਾ ਮੈਂ ਜੀਵਨ ਦਾ ਪੜ੍ਹ ਕੇ ਅੱਜ ਮੈਂ ਜਿਸ ਲਈ ਆਇਆ ਨਾ ਮੈਂ ਪੂਰਾ ਮੁਤਾਲਾ ਕਰਕੇ ਮੈਂ ਤੁਹਾਡੇ ਨਾਲ ਜਿਤਨੀਆਂ ਗੱਲਾਂ ਕੀਤੀਆਂ ਨੇ ਇਹ ਸਾਰੀਆਂ ਮੈਂ ਪੜ੍ਹੀਆਂ ਹੀ ਆ ਤੇ ਤੁਹਾਡੇ ਤੇ ਖੈਰ ਸੀਨੇ ਅੱਜ। ਅੱਛਾ ਬਾਬੇ ਇਹਨਾਂ ਦਿੱਤੀ ਇੱਕ ਸਵਾਲ ਹੋਇਆ ਕਿ ਬਾਬਾ ਜੀ ਤੁਸੀਂ ਕਹਿੰਦੇ ਹੋ ਮੇਰੇ ਨਾਲ ਰੱਬ ਗੱਲਾਂ ਕਰ ਤੇ ਤੁਹਾਡੇ ਨਾਲ ਰੱਬ ਨੇ ਪੰਜਾਬੀ ਚ ਗੱਲਾਂ ਕੀਤੀਆਂ ਔਰ ਉਸ ਮੁਕੱਦਸ ਕਿਤਾਬ ਵਿੱਚ ਬਾਬੇ ਸ਼ਾਹ ਹੁਸੈਨ ਨੇ ਜਿਹੜੀਆਂ ਗੱਲਾਂ ਨੇ ਉਹ ਵੀ ਉਸੇ ਤਰ੍ਹਾਂ ਇੱਜ਼ਤ ਇਤਰਾਮ ਨਾਲ ਪੜ੍ਹੀਆਂ ਜਾਂਦੀਆਂ ਜਿਹਨਾਂ ਨੂੰ ਸਾਡੀ ਗੁਰਬਾਣੀ ਪੜ੍ਹੀ ਦਰਬਾਰ ਸਾਹਿਬ ਦੀ ਨੀਂਹ ਵੇਖੋ ਮੀਆਂ ਮੀਰ ਸਾਹਿਬ ਨੇ ਰੱਖੀ ਸੀ ਦਰਬਾਰ ਸਾਹਿਬ ਦੀ ਨੀਂਹ ਜਦੋਂ ਹਰਿਮੰਦਰ ਸਾਹਿਬ ਦੀ ਤੇ ਹਾਂ ਗੋਲਡਨ ਟੈਂਪਲ ਦੀ ਸਾਈ ਮੀਆਂ ਮੀਰ ਸਾਹਿਬ ਪਹੁੰਚੀ ਹੋਈ ਹੈ ਤੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਮਤਲਬ ਨੀਰ ਪਾਣੀ ਸੀਗੀ ਨਾ ਤਾਂ ਉਹਨਾਂ ਨੇ ਮਤਲਬ ਇੱਕ ਆਪ ਨਹੀਂ ਗਏ ਹਾਲਾਂਕਿ ਆਪ ਵੇਖੋ ਬਾਬਾ ਬੁੱਢਾ ਜੀ ਵਰਗੀਆਂ ਸ਼ਖਸੀਅਤਾਂ ਸਾਰਿਆਂ ਤੋਂ ਉਹਨਾਂ ਨੇ ਸਾਈ ਮੀਆਂ ਮੀਰ ਨੂੰ ਲਾਹੌਰ ਤੋਂ ਬੁਲਾ ਕੇ ਫਿਰ ਉਹਨਾਂ ਦਾ ਪੂਰਾ ਆਦਰ ਮਾਨ ਕਰਕੇ ਫਿਰ ਪਹਿਲਾਂ ਜਿਹੜੀ ਇੱਟ ਹੈ ਉਹਨਾਂ ਕੋਲ ਪਾਈ। ਪ੍ਰੇਮ ਕੀ ਉਹਦੇ ਨਹੀਂ ਪ੍ਰਭ ਪਾਇਓ, ਜਿਹੜਾ ਬੰਦਾ ਮਹਾਰਾਜ ਨਾਲ ਪ੍ਰੇਮ ਕਰਦਾ ਉਹੀ ਪ੍ਰਭ ਪਾਉਂਦਾ, ਉਹ ਅੰਮ੍ਰਿਤਧਾਰੀ ਹੋਏ ਪ੍ਰੇਮ ਨਾ ਕਰੇ ਉਹਦੇ ਅੰਦਰ ਖੋਟ ਹੋਏ ਉਹਦਾ ਕੀ ਫਾਇਦਾ, ਮਿਲ ਜੁਲ ਕੇ ਰਹਿਣਗੇ ਸਾਰੇ ਕੋਈ ਗਲਤ ਕੰਮ ਨਹੀਂ ਹੋਣ, ਰਮਾ ਦੇ ਨਾਂ ਤੇ ਲੜਾਈ ਨਹੀਂ ਹੋਣੀ, ਕਿਸੇ ਦਿਲ ਸੋਮੇ ਨਹੀਂ ਰਹੇ, ਖਾਲਸਾ ਵੀ ਵਾਹਿਗੁਰੂ ਜੀ ਦਾ ਫਤਿਹ ਵੀ ਵਾਹਿਗੁਰੂ ਜੀ ਆਪਣੀ ਖੁਸ਼ੀ। ਜਿਹੜੀ ਗੱਲ ਦੀ ਮਾਯੂਸੀ ਹੋਈ ਥੋੜੀ ਜਿਹੀ ਤਕਲੀਫ ਹੋਈ ਉਹ ਇਹ ਸੀ ਕਿ ਕੱਪੜੇ ਦਾ ਭਾਅ ਪੁੱਛਿਆ ਤੇ ਉਹਨਾਂ ਕਿਹਾ ਜੇ ਤੇ ਪਾਕਿਸਤਾਨੀ ਰੁਪਈਏ ਚ ਲੈਣਾ ਜੇ ਤੇ 1600 ਰੁਪਈਏ ਦੇਣੇ ਜੇ ਸੂਟ ਤੇ ਜੇ ਇੰਡੀਆ ਦੇ ਰੁਪਈਏ ਵਿੱਚ ਲੈਣਾ ਜੇ ਤੇ ਤਾਂ ਤੁਹਾਨੂੰ 800 ਦਾ ਸੂਟ ਲੱਭ ਜਾਏਗਾ। ਉਹ ਮੈਂ ਕਿਹਾ ਭਾਈਆ ਸਾਡੇ ਰੁਪਈਏ ਦੀ ਐਡੀ ਬੇਰੁਮਤੀ ਤੇ ਨਾ ਕਰ, ਉਹਨਾਂ ਕਿਹਾ ਜੀ ਮੈਂ ਬੇਰੁਮਤੀ ਕੀ ਕਰਨੀ ਹੈ, ਤੁਸੀਂ ਆਪਣੇ ਪੱਲੇ ਆਪੂ ਹੀ ਕੱਖ ਨਹੀਂ ਛੱਡਿਆ। ਇਹ ਉਹ ਗੱਡੀਆਂ ਨੇ ਜ਼ਾਇਰੀਨ ਨੂੰ ਲੈ ਕੇ ਆਉਂਦੀਆਂ ਨੇ ਔਰ ਇੱਥੇ ਡ੍ਰੌਪ ਕਰਕੇ ਇੱਥੇ ਵਾਪਸ ਚਲੀ ਜਾਂਦੀ, ਉਹ ਲਾਈਨ ਹੈ ਜੀ ਜਿਹੜੀ ਸਾਨੂੰ ਅੱਗੇ ਨਹੀਂ ਜਾਣ ਦਿੰਦੇ, ਇਸ ਲਾਈਨ ਨੂੰ ਸਾਨੂੰ ਕ੍ਰਾਸ ਕਰਨ ਦੀ ਇਜਾਜ਼ਤ ਨਹੀਂ। Goodbye, Pakistan.